ਕੀ ਹੈ ਸਰਵਾਈਕਲ ਕੈਂਸਰ? ਆਖਰ ਕੀ ਨੇ ਸਰਵਾਈਕਲ ਕੈਂਸਰ ਦੇ ਸਿੰਪਟਮਸ? ਜੇਕਰ ਨਹੀਂ ਧਿਆਨ ਦਿੱਤਾ ਤਾਂ ਹੋ ਸਕਦੀ ਹੈ ਵੱਡੀ ਪਰੇਸ਼ਾਨੀ। ਬੀਤੇ ਦਿਨੀ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੀ ਮੌਤ ਨੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਭਿਨੇਤਰੀ ਦੇ ਫੈਨਸ ਜਿੱਥੇ ਇਸ ਖਬਰ ਦੇ ਨਾਲ ਸਦਮੇ ਦੇ ਵਿੱਚ ਆਏ, ਉੱਥੇ ਹੀ ਬੀ ਟਾਊਨ ਦੇ ਵਿੱਚ ਵੀ ਮਾਤਮ ਪਸਰ ਗਿਆ ਸੀ। ਤਾਂ ਮਹਿਜ਼ 32 ਸਾਲ ਦੀ ਉਮਰ ਦੇ ਵਿੱਚ ਪੂਨਮ ਪਾਂਡੇ ਦੀ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦੀ ਖਬਰ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਸੀ। ਤਾਂ ਖਬਰ ਦੇ ਵਿੱਚ ਇਹ ਸੀ ਕਿ ਪੂਨਮ ਦੀ ਮੌਤ ਸਰਵਾਈਕਲ ਕੈਂਸਰ ਕਰਕੇ ਹੋਈ ਹੈ। ਇਹ ਬਿਮਾਰੀ ਇੰਨੀ ਖਤਰਨਾਕ ਹੈ ਜਿਸ ਦੇ ਲੱਛਣ ਵੀ ਪਤਾ ਨਹੀਂ ਲੱਗਦੇ। ਸੋ ਹੁਣ ਤੁਹਾਨੂੰ ਦੱਸ ਦਿਆਂ ਕਿ ਸਰਵਾਈਕਲ ਕੈਂਸਰ ਕੀ ਹੁੰਦਾ। ਸਰਵਾਈਕਲ ਕੈਂਸਰ ਅਜਿਹੀ ਬਿਮਾਰੀ ਹੈ ਜਿਸ ਦੇ ਨਾਲ ਹਰ ਸਾਲ 1 ਲੱਖ ਤੋਂ ਵੱਧ ਔਰਤਾਂ ਪੀੜਤ ਹੁੰਦੀਆਂ ਨੇ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈਂਦਾ ਹੈ। ਕੀ ਹੈ ਸਰਵਾਈਕਲ ਕੈਂਸਰ, ਕਿਵੇਂ ਹੁੰਦੀ ਹੈ ਇਸ ਦੀ ਸ਼ੁਰੂਆਤ ਅਤੇ ਕੀ ਨੇ ਇਸ ਤੋਂ ਬਚਣ ਦੇ ਉਪਾਅ, ਦੱਸਦੇ ਹਾਂ ਇਸ ਰਿਪੋਰਟ ਦੇ ਵਿੱਚ। ਕੀ ਹੈ ਸਰਵਾਈਕਲ ਕੈਂਸਰ? ਸਰਵਾਈਕਲ ਕੈਂਸਰ ਔਰਤਾਂ ਦੇ ਵਿੱਚ ਇੱਕ ਗੰਭੀਰ ਕਿਸਮ ਦਾ ਕੈਂਸਰ ਹੈ ਜੋ ਬੱਚੇਦਾਨੀ ਦੇ ਮੂੰਹ ਤੋਂ ਸ਼ੁਰੂ ਹੁੰਦਾ ਅਤੇ ਜਿਗਰ, ਬਲੈਡਰ, ਯੋਨੀ, ਫੇਫੜਿਆਂ ਅਤੇ ਗੁਰਦਿਆਂ ਦੇ ਵਿੱਚ ਫੈਲਦਾ ਹੈ। ਇਹ ਦੁਨੀਆ ਭਰ ਦੇ ਵਿੱਚ ਔਰਤਾਂ ਵਿੱਚ ਦੂਜਾ ਸਭ ਤੋਂ ਆਮ ਕੈਂਸਰ ਹੈ। ਇਹ ਕੈਂਸਰ ਹਿਊਮਨ ਪੈਪੀਲੋਮਾ ਵਾਇਰਸ ਯਾਨੀ HPV ਦੀ ਲਾਗ ਕਾਰਨ ਹੁੰਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਸਰਵਾਈਕਲ ਦੇ 25% ਕੇਸ ਅਤੇ ਮੌਤਾਂ ਹੁੰਦੀਆਂ ਨੇ। ਸਰਵਾਈਕਲ ਕੈਂਸਰ ਦੇ ਲੱਛਣ। ਮਿਓ ਕਲੀਨਿਕ ਦੇ ਅਨੁਸਾਰ ਜਦੋਂ ਇਹ ਕੈਂਸਰ ਸ਼ੁਰੂ ਹੁੰਦਾ ਹੈ ਕੋਈ ਲੱਛਣ ਦਿਖਾਈ ਨਹੀਂ ਦੇ, ਹਾਲਾਂਕਿ ਜਿਵੇਂ ਕਿ ਇਹ ਅੱਗੇ ਵੱਧਦਾ ਉਦੋਂ ਇਸਦੇ ਲੱਛਣ ਦਿਖਦੇ ਨੇ। ਮੈਨੋਪੌਜ਼ ਤੋਂ ਬਾਅਦ ਖੂਨ ਨਿਕਲਣਾ, ਬਹੁਤ ਥਕਾਵਟ ਮਹਿਸੂਸ ਕਰਨਾ, ਹੇਠਲੇ ਪੇਟ ਦੇ ਵਿੱਚ ਦਰਦ ਜਾਂ ਸੋਜ, ਪੇਡੂ ਦੇ ਵਿੱਚ ਦਰਦ ਜਾਂ ਸੰਭੋਗ ਦੌਰਾਨ ਦਰਦ, ਜਿਣਸੀ ਸੰਬੰਧ ਦੇ ਬਾਅਦ ਖੂਨ ਨਿਕਲਣਾ, ਮਹਾਵਾਰੀ ਦੌਰਾਨ ਆਮ ਨਾਲੋਂ ਜ਼ਿਆਦਾ ਖੂਨ ਨਿਕਲਣਾ, ਪਾਣੀ ਵਾਲਾ ਅਤੇ ਬਦਬੂਦਾਰ ਚਿੱਟਾ ਡਿਸਚਾਰਜ ਹੋਣਾ ਇਸਦੇ ਲੱਛਣ ਨੇ। ਕਿਵੇਂ ਕਰ ਸਕਦੇ ਹੋ ਸਰਵਾਈਕਲ ਕੈਂਸਰ ਤੋਂ ਬਚਾ? ਇਸ ਕੈਂਸਰ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਵੈਕਸੀਨ ਲਗਵਾਉਣਾ। ਬਚਣ ਦੇ ਲਈ ਇਨਫੈਕਸ਼ਨ ਪੈਦਾ ਕਰਨ ਵਾਲੇ ਵਾਇਰਸ HPV ਦੇ ਵਿਰੁੱਧ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸੈਮੀਅਰ ਟੈਸਟ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ। ਕੀ ਕਰ ਰਹੀ ਹੈ ਕੇਂਦਰ ਸਰਕਾਰ? ਇਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਵੀ ਸਤਰਕ ਹੋ ਗਈ ਹੈ ਅਤੇ ਇਸ ਦੀ ਰੋਕਥਾਮ ਦੇ ਲਈ ਪ੍ਰਯਾਸ ਕੀਤੇ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਪੇਸ਼ ਹੋਏ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਵਾਈਕਲ ਕੈਂਸਰ ਦੀ ਰੋਕਥਾਮ ਦੇ ਲਈ ਸਰਕਾਰ ਦੇ ਵੱਲੋਂ ਟੀਕਾਕਰਨ ਲਿਆਂਦਾ ਜਾਵੇਗਾ। ਇਹ ਮੁਹਿੰਮ ਮਿਸ਼ਨ ਇੰਦਰਧਨੁਸ਼ ਤਹਿਤ ਸ਼ੁਰੂ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਦੇ ਲਈ 9 ਤੋਂ 14 ਸਾਲ ਦੀ ਉਮਰ ਦੀ ਲੜਕੀਆਂ ਦੇ ਲਈ ਟੀਕਾਕਰਨ ਨੂੰ ਉਤਸ਼ਾਹਿਤ ਕਰੇਗੀ।